ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਸਾਰਿਆਂ ਨੂੰ ਪ੍ਰੀਤ ਐਂਡ ਬਵਨ ਵੱਲੋਂ ਹੈਪੀ ਹੋਲੀ ਤੇ ਅਸੀਂ ਹੋਲੀ ਨਹੀਂ ਮਨਾਉਣ ਲੱਗੇ ਅਸੀਂ ਇਸ ਟਾਈਮ ਹੋਲੀ ਨਹੀਂ ਮਨਾਉਣ ਲੱਗੇ ਅਸੀਂ ਚੱਲੇ ਆ ਅਸੀਂ ਚੱਲੇ ਮੱਥਾ ਟੇਕਣ ਇਹ ਜਵਾਕ ਬਹੁਤ ਇੱਲਤ ਕਰਦੇ ਨੇ ਇਹਨਾਂ ਦੇ ਕਿਹਨੇ ਕਹਿ ਰਿਹਾ ਸੀ ਮੇਰੇ ਉੱਤੇ ਹੁਣੀ ਪ੍ਰੀਤ ਦੇ ਉੱਪਰ ਕਲਰ ਪ੍ਰੀਤ ਦੇ ਉੱਪਰ ਕਲਰ ਗਿਰਤਾ ਕਿਸ ਨੇ ਇਹਨਾਂ ਚੋਂ ਸ਼ੁਕਰ ਕਰੋ ਚਿੱਟਾ ਕਲਰ ਸੀਗਾ ਤਾਂ ਬਚ ਗਏ ਤੇ ਆਪਾਂ ਚੱਲੇ ਮੱਥਾ ਟੇਕਣ ਤੁਸੀਂ ਸਭ ਤੋਂ ਪਹਿਲਾਂ ਆਹ ਕਲਿੱਪ ਦੇਖੋ ਮੈਂ ਤੁਹਾਡੀ ਚੀਤੀ ਪ੍ਰੀਤ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਮੈਂ ਤੁਹਾਡੀ ਚੀਤੀ ਪ੍ਰੀਤ ਅੱਜ ਫੇਰ ਨੇ ਲੇਟ ਕਰਾਤਾ ਅੱਜ ਆਪਾਂ ਭਿੱਖੀ ਜਾਣਾ ਸੀ ਸਵੇਰੇ 6 ਵਜੇ ਦੇ ਉੱਠੇ ਹੋਏ ਆ ਫਿਰ 6 ਵਜੇ ਦੇ ਉੱਠੇ ਆ ਦੇਖ ਲਈ ਤੇ ਇੱਥੇ ਚੱਲੇ ਆਪਾਂ ਮੱਥਾ ਟੇਕਣ ਫੇਰ ਪੁਰਾਣੇ ਪਿੰਡ ਮੱਥਾ ਟੇਕਣ ਚੱਲੇ ਆ ਤੇ ਵੈਸੇ ਅੱਗੇ ਤਾਂ ਭੋਗ ਦੇ ਮੱਥਾ ਟੇਕਣ ਜਾਂਦੇ ਆ ਪਰ ਇਸ ਵਾਰ ਓਏ ਸ਼ਾਂਤ ਅੱਗੇ ਤਾਂ ਅਸੀਂ ਭੋਗ ਦੇ ਮੱਥਾ ਟੇਕਣ ਜਾਂਦੇ ਆ ਪਰ ਇਸ ਵਾਰ ਉਹਨਾਂ ਨੇ ਭੋਗ ਛੇਤੀ ਕਰਾ ਲਿਆ ਗਰਮੀ ਦੇ ਚੱਕਰ 'ਚ ਤਾਂ ਸਾਨੂੰ ਨਹੀਂ ਪਤਾ ਲੱਗਿਆ ਦੱਸਿਆ ਨਹੀਂ ਸਾਨੂੰ ਕਿਸੇ ਨੇ ਤਾਂ ਅਸੀਂ ਚੱਲੇ ਹਾਂ ਥੋੜ੍ਹਾ ਵੈਸੇ ਅੱਜ ਦਿਨ ਭੋਗ ਹੁੰਦਾ ਹੋਲੀ ਵਾਲੇ ਦਿਨ ਤਾਂ ਚਲੋ ਅੱਜ ਚੱਲਦੇ ਫਿਰ ਆਪਾਂ ਤਾਂ ਸਹੀ ਹਾਂ ਆਪਣੀ ਜਗ੍ਹਾ ਕਿਉਂ ਪ੍ਰੀਤੀ ਮੈਂ ਕਿਹਾ ਸਾਨੂੰ ਦੱਸਿਆ ਨਹੀਂ ਮੱਥਾ ਟੇਕਣ ਬਾਰੇ ਕਿਸੇ ਨੇ ਅਸੀਂ ਤਾਂ ਸਹੀ ਹਾਂ ਆਪਣੀ ਜਗ੍ਹਾ ਸਹੀ ਗੱਲ ਹੈ ਹੈ ਨਾ ਹੋਰ ਚਲਾ ਜਾਓ ਬੈਠਿਓ ਆਪਾਂ ਚਲੋ ਜੀ ਬਹੁਤ ਰੌਲਾ ਪਾਉਂਦਾ ਨਿਕਲ ਜਵਾਕ ਓਏ ਚਾਬੀ ਹੈਪੀ ਹੋਲੀ ਮੰਮੀ ਹੈਪੀ ਹੋਲੀ ਹੈਪੀ ਹੋਲੀ ਪਾਪਾ ਅੱਜ ਪਾਪਾ ਉੱਠ ਗਏ ਕਹਿੰਦੇ ਸਾਰਿਆਂ ਨੂੰ ਕਹਿੰਦੇ ਹੈਪੀ ਹੋਲੀ ਕਹਿੰਦੇ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਸੀਗਾ ਤੁਸੀਂ ਤਾਂ ਮੈਨੂੰ ਕਿਸੇ ਨੇ ਵਿਸ਼ ਨਹੀਂ ਕੀਤਾ ਪਾਪਾ ਕਹਿੰਦੇ ਹਾਂ ਫਿਰ ਉਸ ਤੋਂ ਬਾਅਦ ਮੈਂ ਕੀਤੀ ਮੈਂ ਪਾਪਾ ਤੁਹਾਨੂੰ ਯਾਦ ਹੀ ਭੁੱਲ ਗਿਆ ਸੀ ਹੋਲੀ ਅੱਜ ਹੈਪੀ ਹੋਲੀ ਹੈਪੀ ਹੋਲੀ ਜਦੋਂ ਆਪਣੀ ਮੈਰਿਜ ਹੋਈ ਉਦੋਂ ਦੇਖ ਲਓ ਆਪਾਂ ਕਿੰਨੀ ਧੂਮ ਧਾਮ ਨਾਲ ਮਨਾਈ ਸੀ ਹਨਾ ਐਨ ਲਿਬੜ ਕੇ ਸੱਟ ਵੀ ਖਾ ਲਈ ਸੀ ਉਦੋਂ ਮੈਂ ਚਲੋ ਆਪਾਂ ਰਾਜਗੜ੍ਹ ਚੱਲਦੇ ਆ ਪਹਿਲਾਂ ਰਾਜਗੜ੍ਹ ਰਸਤੇ ਜਾਂਦਾ ਹੈ ਕੀ ਉਸ ਤੋਂ ਬਾਅਦ ਅੱਗੇ ਨਿਕਲਦੇ ਆ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਸਾਂਝੀ ਕਰਨਾ ਚਾਹੁੰਦੀ ਹਾਂ ਵੀ ਜਿਹੜਾ ਬੰਦਾ ਸਭ ਤੋਂ ਲੇਟ ਹੁੰਦਾ ਜੋ ਸਭ ਤੋਂ ਪਹਿਲਾਂ ਤਿਆਰ ਸੀ ਮਤਲਬ ਮੈਂ ਔਰ ਸਭ ਤੋਂ ਪਹਿਲਾਂ ਮੈਂ ਰੈਡੀ ਹੋਈ ਹਾਂ ਫਿਰ ਪਾਪਾ ਹੋਏ ਨੇ ਫਿਰ ਬਵਨ ਹੋਏ ਨੇ ਔਰ ਸਭ ਤੋਂ ਕਾਹਲੀ ਕਰਨ ਵਾਲਾ ਬੰਦਾ ਸਾਰਿਆਂ ਨੂੰ ਜਲਦੀ ਰੈਡੀ ਕਰਨ ਵਾਲਾ ਬੰਦਾ ਜੋ ਸਭ ਤੋਂ ਐਂਡ 'ਚ ਰੈਡੀ ਹੋਇਆ ਅੱਜ ਮੰਮੀ ਕਰਕੇ ਅਸੀਂ ਥੋੜ੍ਹਾ ਜਿਹਾ ਵੇਟ ਕਰਿਆ ਤੇ ਮੈਂ ਉਹ ਸੀ ਪਹਿਲਾਂ ਸਭ ਕਰਿਆ ਵੀ ਚੱਲ ਮੈਨੂੰ ਇਹ ਸਾਰੇ ਰੈਡੀ ਹੋ ਜਾਣ ਵੀਰਾਂ ਨੂੰ ਸਾਰਿਆਂ ਨੂੰ ਫਟਾਫਟ ਦਵਿਲ ਕੇ ਰੈਡੀ ਕਰਦਾ ਕਿਉਂਕਿ ਅੱਗੇ ਹਮੇਸ਼ਾ ਐਵੇਂ ਹੁੰਦਾ ਕਿ ਮੈਂ ਜਲਦੀ ਉੱਠ ਕੇ ਵੀ ਮੈਂ ਜਲਦੀ ਨੀ ਤਿਆਰ ਹੁੰਦੀ ਹੈਗੀ ਤੇ ਬਟ ਅੱਜ ਤਾਂ ਮੰਮਾ ਮੈਂ ਹੋ ਗਈ ਸੀ ਹਨਾ ਟਾਈਮ ਨਾਲ ਅੱਜ ਤਾਂ ਮੈਂ ਟਾਈਮ ਨਾਲ ਤਿਆਰ ਹੋ ਗਈ ਸੀਗੀ ਤੇ ਹੈਪੀ ਹੋਲੀ ਤਾਂ ਮੈਂ ਕਰ ਹੀ ਦਿੱਤੀ ਹੈ ਤੁਸੀਂ ਕਰ ਦੋ ਮੰਮਾ ਸਾਰਿਆਂ ਨੂੰ ਹੈਪੀ ਹੋਲੀ ਸਾਰਿਆਂ ਨੂੰ ਬਸ ਤੁਸੀਂ ਵੀ ਕਰ ਦੋ ਹੈਪੀ ਹੋਲੀ ਤੇ ਬਾਕੀ ਸਾਰੇ ਜਣੇ ਹੋਲੀ ਇੰਜੋਏ ਕਰੋ ਤੇ ਸੇਫਲੀ ਖੇਡੋ ਸਾਰੇ ਜਣੇ ਕਿਉਂਕਿ ਜਦੋਂ ਸਾਡੀ ਮੈਰਿਜ ਤੇ ਜਦੋਂ ਮਤਲਬ ਕਿ ਸਾਡੀ ਮੈਰਿਜ ਦੀ ਫਸਟ ਹੋਲੀ ਸੀਗੀ ਵਿਆਹ ਤੋਂ ਬਾਅਦ ਉਹ ਤਾਂ ਅਸੀਂ ਬਹੁਤ ਅੱਛੀ ਸੈਲੀਬ੍ਰੇਟ ਕਰੀ ਸੀ ਔਰ ਕਾਫੀ ਯਾਦਗਾਰ ਵੀ ਸੀ ਕਿਉਂਕਿ ਮੰਮੀ ਪਾਪਾ ਉਦੋਂ ਗਏ ਹੋਏ ਸੀਗੇ ਔਰ ਇੰਨਾ ਜ਼ਿਆਦਾ ਸੀ ਆਨੰਦ ਪਾਤਾ ਸੀਗਾ ਨਾ ਘਰੇ ਵਿਹੜੇ ਚ ਵੀ ਮੁੜ ਕੇ ਮੈਂ ਔਰ ਬਵਨ ਦੋਨਾਂ ਨੇ ਲੱਗ ਕੇ ਸਫਾਈ ਕੀਤੀ ਸਾਰੀ ਔਰ ਮੇਰਾ ਉਦੋਂ ਗੇਟ ਚੋਂ ਹੱਥ ਵੀ ਆ ਗਿਆ ਸੀ ਯਾਦ ਹੈ ਜੋ ਤੁਹਾਨੂੰ ਕਿੰਨੀ ਮੈਨੂੰ ਇੰਨੀ ਬੁਰੀ ਤਰ੍ਹਾਂ ਸੱਟ ਲੱਗੀ ਸੀ ਤੁਸੀਂ ਔਰ ਪਾਪਾ ਗਏ ਹੋਏ ਸੀ ਪਤਾ ਨੀ ਕਿੱਥੇ ਯਾਦ ਨੀ ਹੈਗਾ ਤੇ ਉਦੋਂ ਮੇਰੇ ਇੰਨੀ ਬੁਰੀ ਤਰ੍ਹਾਂ ਸੱਟ ਵੀ ਲੱਗ ਗਈ ਸੀਗੀ ਤੇ ਮੈਂ ਹੁਣ ਇਸ ਵਾਰ ਅਸੀਂ ਤਾਂ ਨੀ ਸੈਲੀਬ੍ਰੇਟ ਕਰ ਰਹੇ ਮਤਲਬ ਅਸੀਂ ਸਿਰਫ ਸ਼ਗਨ ਦੇ ਵਾਂਗੂ ਕਰ ਲਾਂਗੇ ਇੱਕ ਤਾਂ ਅਸੀਂ ਮੱਥਾ ਟੇਕਣ ਜਾਣਾ ਸੀਗਾ ਔਰ ਦੂਸਰਾ ਇਸ ਵਾਰ ਕੋਈ ਖਾਸ ਸਲਾਹ ਨਹੀਂ ਹੈਗੀ ਬਾਕੀ ਲੈਟਸ ਸੀ ਮੂਡ ਤੇ ਡਿਪੈਂਡ ਕਰਦਾ ਤੇ ਫੇਸ ਖਰਾਬ ਹੋ ਜਾਂਦਾ ਰੰਗ ਨਾਲ ਫੇਸ ਖਰਾਬ ਹੋ ਜਾਂਦਾ ਮੇਰੇ ਪਿੰਪਲ ਕਿੰਨੇ ਮਸਾ ਤਾਂ ਠੀਕ ਹੋਏ ਨੇ ਹਨਾ ਮੇਰੇ ਅੰਨੇ
ਜਿਆਦਾ ਪਿੰਪਲ ਹੋ ਗਏ ਸੀ ਨਿਸ਼ਾਨ ਪੈ ਗਏ ਸੀਗੇ ਬਟ ਮੈਂ ਸਹੀ ਠੀਕ ਹੋਇਆ ਐਵੇਂ ਆਪਾਂ ਪਿੰਪਲ ਫਿਰ ਉਹ ਕਰ ਲਈਏ ਤਾਜ਼ਾ ਫਿਰ ਮੈਨੂੰ ਕਲਰ ਸੂਟ ਨਹੀਂ ਕਰਦਾ ਹੈਗਾ ਤੇ ਬਾਕੀ ਚਾਚੂ ਹੁਣੀ ਵੇਟ ਕਰਨ ਨੂੰ ਗਿਆ ਸੀ ਅਸੀਂ ਪਰ ਥੋੜੇ ਜੇ ਜਲਦੀ ਚ ਹੀ ਨਿਕਲ ਗਿਆ ਜਾ ਰਹੀ ਚਾਚੀ ਉਹਨਾਂ ਦੀ ਗੱਡੀ ਤੇ ਸੋ ਮਮ ਯੂ ਵਾਂਟ ਟੂ ਸੇ ਸਮਥਿੰਗ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂ ਮੈਂ ਕਹਿਣਾ ਚਾਹੁੰਦੀ ਹਾਂ ਵੀ ਉਹ ਆਪਾਂ ਨੂੰ ਕਹਿੰਦੇ ਚੱਲ ਪਏ ਆ ਰਹੇ ਨੇ ਪਿੱਛੇ ਉਹ ਆਪਣੇ ਤੇ ਪਾਪਾ ਹਾਊ ਆਰ ਯੂ ਫਾਈਨ ਥੈਂਕ ਯੂ ਮੈਂ ਜਦੋਂ ਪਾਪਾ ਨੂੰ ਪੁੱਛਦੀ ਹਾਂ ਨਾ ਪਾਪਾ ਹਾਊ ਆਰ ਯੂ ਪਾਪਾ ਕਹਿੰਦੇ ਫਾਈਨ ਥੈਂਕ ਯੂ ਤੇ ਚਲੋ ਹੁਣ ਕੀ ਕਰਨਾ ਹੈ ਮਿਲਦੇ ਹਾਂ ਹੁਣ ਅੱਗੇ ਜਾ ਕੇ ਮਿਲਦੇ ਹਾਂ ਥੋੜਾ ਜਿਹਾ ਅੱਗੇ ਜਾ ਕੇ ਹਾਂ ਹਾਂ ਹੁਣ ਜਾਂਦੇ ਹੋਏ ਨਹੀਂ ਆਉਂਦੇ ਹੋਏ ਰੁਕਾਂਗੇ ਅੱਜ ਦਾ ਖਾਣਾ ਪੀਣਾ ਵੀ ਆਪਣਾ ਬਾਹਰ ਹੀ ਹੈ ਤੇ ਆਪਾਂ ਉੱਥੇ ਮਿਲਾਂਗੇ ਫਿਰ ਉਹਨਾਂ ਨੂੰ ਰਿਸ਼ੂ ਦਾ ਹਾਂ ਪਹਿਲਾਂ ਆਪਾਂ ਚਾਚੂ ਉਹਨਾਂ ਨੂੰ ਡਾਇਰੈਕਟ ਪਹੁੰਚ ਕੇ ਮਿਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਉੱਥੇ ਮੱਥਾ ਟੇਕ ਕੇ ਜਦੋਂ ਵਾਪਸ ਆਵਾਂਗੇ ਮਤਲਬ ਦੇਖਦੇ ਹਾਂ ਉਮੀਦ ਹੈ ਅੱਜ ਕੁਝ ਬਾਹਰ ਦਾ ਖਾਵਾਂਗੇ ਅਸੀਂ ਉੱਥੇ ਰੁਕਾਂਗੇ ਉੱਥੇ ਲੱਡੂ ਨਹੀਂ ਲਵਾਂਗੇ ਜਿੱਥੇ ਆਪਾਂ ਹਾਂ ਦੇਖੀ ਦੋ ਸੱਚ ਪ੍ਰਸ਼ਾਦ ਵੀ ਲੈਣੇ ਹੁੰਦੇ ਨੇ ਜਿਹੜਾ ਲੱਡੂ ਲੈਣੇ ਨੇ ਹਲੇ ਉਹ ਵੀ ਲੈਣੇ ਆ ਉਹ ਤਾਂ ਉੱਥੇ ਪਹੁੰਚ ਕੇ ਲਵਾਂਗੇ ਆਪਾਂ ਚਲੋ ਤੇ ਮੈਨੂੰ ਸਾਰੇ ਜਣਾਂ ਨੇ ਦੱਸ ਦਿਓ ਠੀਕ ਆ ਮੇਰਾ ਹੇਅਰ ਸਟਾਈਲ ਕਿਹੋ ਜਿਹਾ ਲੱਗਦਾ ਜੱਛਾ ਦੱਸਣਾ ਸਾਰਿਆਂ ਨੇ ਸੁਣ ਸੁਣ ਕਮੈਂਟਸ ਕਰਕੇ ਚਲੋ ਠੀਕ ਆ ਮਿਲਦੇ ਆਪਾਂ ਇਹ ਉਹ ਗਾਣਾ ਹੈ ਅਸੀਂ ਵੈਬ ਸੀਰੀਜ਼ ਦੇਖੀ ਸੀ ਮਨੀ ਹਿਸਟ ਠੀਕ ਆ ਦੇਖੀ ਹੋਣੀ ਕਿਸੇ ਨੇ ਕਾਫੀ 90% ਦੇਖੀ ਹੋਣੀ ਠੀਕ ਆ ਤੇ ਉਸ ਚ ਬਹੁਤ ਫੇਵਰਿਟ ਗਾਣਾ ਬਣ ਗਿਆ ਉਹ ਦੇਖਣ ਤੋਂ ਬਾਅਦ ਕਿ ਗਾਣਾ 뮤직 ਬਹੁਤ ਸੋਹਣਾ ਗਾਣੇ ਦਾ ਸਮਝ ਨਹੀਂ ਆਉਂਦਾ ਸਪੈਨਿਸ਼ ਗਾਣਾ ਹੈ ਪਰ ਹੈਗਾ ਬਹੁਤ ਸੋਹਣਾ ਫਿਰ ਲਾ ਦੋ ਇੱਕ ਵਾਰ ਮੇਰੇ ਫੇਵਰਿਟ ਸੌਂਗਸ ਚੋਂ ਮਤਲਬ ਜਿਹੜੀ ਮੇਰੀ ਫੇਵਰਿਟ ਸੌਂਗ ਦੀ ਲਿਸਟ ਹੈ ਨਾ ਉਹਦੇ ਵਿੱਚ ਆਂਦਾ ਇਹ ਸੌਂਗ ਇੰਨਾ ਸੋਹਣਾ ਲੱਗਿਆ ਮੈਨੂੰ ਹਾਂ ਜੱਤੂ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਮੇਰਾ ਜੀ ਪੂਰਾ ਕੇ ਮੇਲ ਮਿਲਾਪ ਹੋ ਰਹੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਰਾਜਦ ਵਧੀਆ ਕਿਹੜਾ ਪਾ ਸਤਿ ਸ਼੍ਰੀ ਅਕਾਲ ਜੀ ਠੀਕ ਆ ਅਸੀਂ ਐਕਚੁਅਲੀ ਪਟਿਆਲੇ ਤੋਂ ਲੈ ਕੇ ਉਰੇ ਤੱਕ ਰੁਕੇ ਨਹੀਂ ਸੀ ਮਿਲੇ ਨਹੀਂ ਸੀਗੇ ਤਾਂ ਉਰੇ ਆ ਕੇ ਮਿਲੇ ਹਾਂ ਅਸੀਂ ਪਹੁੰਚ ਗਏ ਹਾਂ ਭੀਖੀ ਲਵੇ ਹਾਂ ਸਮਾਓ ਇੱਧਰ ਨੂੰ ਹੈ ਸਮਾਓ ਠੀਕ ਹੈ ਇੱਧਰ ਨੂੰ ਮੁੜ ਕੇ ਐਵੇਂ ਅਤੇ ਮੈਂ ਇੰਸਟਾਗ੍ਰਾਮ 'ਤੇ ਸਟੋਰੀ ਪਾ ਦਿੰਦਾ ਹੁਣ ਜਿਹਨੇ ਨੇ ਮਿਲਣਾ ਮਿਲ ਲੈਣਗੇ ਸਟੋਰੀ ਪਾ ਦਿੰਦਾ ਇੰਸਟਾ 'ਤੇ ਮੈਂ ਹਾਂਜੀ ਪ੍ਰੀਤੀ ਕਿੱਥੇ ਪਹੁੰਚ ਗਏ ਹਾਂ ਬਸ ਪਹੁੰਚ ਗਏ ਐਂ ਮੋੜ ਮੁੜ ਕੇ ਪਹੁੰਚ ਗਏ ਅਸੀਂ ਭੀਖੀ ਪਹੁੰਚ ਗਏ ਹਾਂ ਅਤੇ ਤੇ 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 ਆਪਾਂ ਰਾਈਟ ਮੁੜਨਾ ਹੁਣ ਉਰੋਂ ਠੀਕ ਆ ਰਜਾ ਦੇ ਪੇਪਰ ਹੋ ਰਹੇ ਨੇ ਰਜਾ ਨੂੰ ਹਰ ਆਲ ਦਾ ਬੈਸਟ ਕਰ ਦਿਓ ਠੀਕ ਆਲ ਦਾ ਬੈਸਟ ਚਾਰ ਹੋ ਗਏ ਪਹਿਲਵਾਨ ਕਿਵੇਂ ਹੋ ਗਿਆ ਪਹਿਲਾਂ ਇਹ ਦੱਸ ਮੈਨੂੰ ਮਤਲਬ ਕਮਜ਼ੋਰ ਹੋ ਗਿਆ ਅੱਗੇ ਨਾਲੋਂ ਹਾਂ ਮੈਨੂੰ ਵੀ ਲੱਗਿਆ ਯਾਰ ਵੀ ਪਤਲਾ ਹੋ ਗਿਆ ਅੱਗੇ ਨਾਲੋਂ ਵੀਕ ਜਿਹਾ ਲੱਗਦਾ ਚਲੋ ਅੱਛਾ ਜੀ ਨਿਕਲ ਗਏ ਆਪਾਂ ਚੱਲਦੇ ਹਾਂ ਦੇਖੋ ਹੁਣ ਲਾਤੀ ਜੀ ਗੱਡੀ ਆਪਾਂ ਉਹ ਆਪਣੀ ਇਹ ਵੀ ਆਪਣੀ ਤੇ ਮਾਂਗ ਦੇ ਪਿੱਛੇ ਮੋਟਰਸਾਈਕਲ ਆ ਗਿਆ ਕੋਈ ਕਿਉਂ ਪ੍ਰੀਤੀ ਚਲੋ ਚਲੋ ਅੱਜ ਸ਼ਾਂਤੀ ਸ਼ਾਂਤੀ ਲੱਗ ਰਹੀ ਹੈ ਨਾ ਇੱਕ ਭੋਗ ਪਹਿਲਾਂ ਉਹ ਕਰ ਪਹਿਲਾਂ ਗਰਮੀ ਕਰਕੇ ਥੋੜ੍ਹਾ ਜਿਹਾ ਪਹਿਲਾਂ ਕਰ ਲਿਆ ਉਹਨਾਂ ਨੇ ਆਪਾਂ ਤਾਂ ਉਸੇ ਦਿਨ ਆਏ ਹਾਂ ਜਿਸ ਦਿਨ ਅੱਗੇ ਹੁੰਦਾ ਹੋਲੀ ਵਾਲੇ ਦਿਨ ਹੁੰਦਾ ਅਤੇ ਕਰੋ ਦਰਸ਼ਨ ਮੰਮੀ ਪੂਰਾ ਐਗਜੈਕਟ ਐਡਰੈਸ ਦੱਸ ਦਿਓ ਇਹ ਮੰਮੀ ਐਗਜੈਕਟ ਐਡਰੈਸ ਦੱਸ ਦਿਓ ਪੂਰਾ ਐਡਰੈਸ ਐਡਰੈਸ ਆਪਾਂ ਭੀਖੀ ਹਾਂ ਸਮਾਓ ਪਿੰਡ ਚ ਆਏ ਨਾ ਬਾਬਾ ਮੱਲਾ ਜੀ ਦੇ ਹੱਥ ਤੁਸੀਂ ਧੋਏ ਆਏ ਹਾਂ ਉਸ ਤੇ ਬੋਤਲ ਚ ਰੋਏ ਤੇ ਤਾਂ ਵੀ ਆ ਵੀ ਗੇਟ ਬੰਦ ਆ ਇਸ ਵਾਰ ਤਾਂ ਗੱਡੀ ਧੋ ਲੋ ਚਲੋ ਮੈਂ ਬੋਤਲ ਕੱਢ ਲੈਣਾ ਕੱਢ ਕੇ ਲਿਆਵਾਂ ਕਿਹੜੀ ਕਿਹੜੀ ਜਗ੍ਹਾ ਪਈ ਆ ਰਜਤ ਆਜਾ ਚਲੋ ਚਲੋ ਬੂਟ ਕੱਢਦਾ ਨਹੀਂ ਸੀਗੇ ਉਰੇ ਐਕਚੁਅਲੀ ਇੱਧਰ ਪਾਣੀ ਹੁੰਦਾ ਅੱਗੇ ਪਰ ਇਸ ਵਾਰ ਬੰਦ ਹੈ ਤਾਂ ਗੱਡੀ 'ਚੋਂ ਬੋਤਲ ਕੱਢ ਕੇ ਲਿਆਉਂਦੇ ਹਾਂ ਹੱਥ ਉੱਤੋਂ ਤੁਹਾਨੂੰ ਹੈ ਨਹੀਂ ਬੋਤਲ
दर्शन हो गए तो चलो हम आप बस बाहर चलते हैं तो देखते हैं बाहर कुछ खाने पीने यार बाहरों खावे अच्छा ना राइट राजगढ़ जाके खाने के बाहरों ही खाना है पहला पहला प्रसाद ले लिए देखी रजत ओल चाके साइड रख देना रजत जाके उपर रख दे हेलो एक किलो की हो गया खाना नहीं मैं मम्मी ने लेके आया थोड़े वास्ते अच्छा तू खा लिया मैं खाना हमने वाह नाइस वेरी नाइस मैं थोड़ा थोड़ा पोग मौसे ले लिया पोग समझ के ले लिया चलो हाथ तो लो ने तो फिर चल दे अपन छोले भटूरे खान छोले भटूरे क्या आया जी होली नहीं खेडनी अगले ने होली लो पुत्री टिक्का ला दो यार हां प्रीत हेलो ला लो टिक्का भी लाल है का रेड कलर है का आ रहे है लाल थैंक यू चलो टिक्का लाओ प्लीज रात की मम्मी छोटा छोटा लाओ टिक्का देखो प्रीत हल्का जहा लाई ले जाची पापा भाई की छोटा लाओ छोटा लाओ हैप्पी होली हैप्पी होली प्रीतू हैप्पी सेकंड होली हैप्पी सेकंड होली हां चाची आ नहीं हैप्पी होली चाची मैं तो मम्मा ने तो लाने एक दूसरे दे मम्मा हैप्पी होली चाचा इनु चाचा इनु रंग चाचा इनु रंग दो हूं गड्डी लिपड़ जूगी बाहर आ गड्डी दे Happy Holi to all of you. पापा ओ पापा ने देख पापा ने देख पापा शीशा और शीशा लग समझ रहे ने उनु मैं तो लाया नहीं रजत दे रजत आजा पुत्री आजा आजा खाली खाली हो रहा है ਉਹ ਇਹ ਕਲਰ ਇਨਫੈਕਸ਼ਨ ਹੋ ਜਾਂਦਾ ਕਈ ਵਾਰੀ ਰਹਿੰਦਾ ਰਹਿੰਦਾ ਨਹੀਂ ਨਹੀਂ ਚਾ ਉਹ ਸੁੱਕਾ ਕਲਰ ਛੱਡ ਜੂਗਾ ਹਲਕਾ ਹਲਕਾ ਛੱਡ ਜੂਗਾ ਤਾਂ ਲਪੇੜਤਾ ਚਲੋ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਬਾਹਰ ਕੁਛ ਖਾਣੇ ਪੀਣੇ ਆ ਉਸ ਤੋਂ ਬਾਅਦ ਚੱਲਦੇ ਰਾਜਗੜ੍ਹ हैप्पी होली पुत्री थैंक्स 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 ये कुत्ते ने हैप्पी होली ला रहे थे रेड कलर हाँ हाँ वही चलो स्टोरी पा दी एक होली दी फिर आप मिलते हैं थोड़े अगे जाके रास्ता थोड़ा जहा कढ़ लिए चलो मिलते हैं फिर कल नूं ठीक है चंगा बाय
ओके बाय निगढ़ ते उरे रुके हैं कुछ खान वास्ते एक मम्मी के अंदर ऐसी रोटी नहीं खाई ऐसे करो मम्मी के अंदर की खाना छोले भटूरे चलो फटी मैंने पैसे देता फटी हाँ जी आ चुके ने खाना शुरू भी कर चुके हैं चलो मेरे सब तो लेट आए ने मैं खा ला ठीक है खा लिया जी आपा कैसे लगे टेस्टी सी वेरी टेस्टी रितु वेरी टेस्टी हाथ की फट के बैठी हैं रेड बुल ते ऐसी रेड बुल भी लेते टाकी की किसी जगह था खुला सी क्यों ऐसी ऐसी रेड बुल भी लेती है क्योंकि मैं पीनी है थोड़ी ਪ੍ਰੀਤ ਨੇ ਵੀ ਥੋੜੀ ਘੁੱਟ ਲਾਣੀ ਇੱਕ ਮੈਂ ਇੱਕ ਘੁੱਟ ਮੈਂ ਲਾ ਲੈਣੀ ਇੱਕ ਤੁਸੀਂ ਲਾ ਲਿਓ ਰੈਡ ਬੁਲ ਦਾਰੂ ਹੈ ਦਾਰੂ ਹੈ ਮੰਮਾ ਝੂਠ ਅਸੀਂ ਕਿਹਾ ਪਾਪਾ ਤੋਂ ਪੁੱਛੋ ਪੀਆਂਗੇ ਅੱਜ ਹੈ ਜੀ ਬੀਅਰ ਹੁੰਦੀ ਹੈ ਅੱਛਾ ਫਿਰ ਤੂੰ ਕਿਉਂ ਵੀਂ ਪਾਗਲ ਬੀਅਰ ਨਹੀਂ ਹੁੰਦੀ ਆਪਾ એનર્ਜੀ ਡਰਿੰਕ ਹੁੰਦੀ ਹੈ ਨਸ਼ਾ ਨਹੀਂ ਹੁੰਦਾ ਬਾਈ ਜੀ ਅਸੀਂ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਪਾਣੀ ਪੀ ਰਹੇ ਹਾਲੇ ਵੀ ਦੇਖ ਲਓ ਦੇਖ ਸਕਦੇ ਹੋ ਬੰਦ ਕਰ ਤਾ ਪਾਣੀ ਯਾਰ ਹੈਗਾ ਪਾਣੀ ਪੀਣਾ ਫਿਰ ਲੈ ਗਲਾਸ ਦੋ ਫਿਰ ਗੱਡੀ ਦੇਖ ਕੇ ਤੁਹਾਨੂੰ ਲੱਗ ਹੀ ਰਿਹਾ ਹੋਣਾ ਵੀ ਅਸੀਂ ਆ ਗਏ ਹਾਂਜੀ ਅਸੀਂ ਆ ਗਏ ਹਾਂ ਇਕੱਲੀ ਗੱਡੀ ਤਾਂ ਨਹੀਂ ਸਕਦੀ ਅਸੀਂ ਵੀ ਆ ਜਾਂ ਨਾਲ ਕਿਉਂ ਰਜਤ ਚਲੋ ਚਾਚੀ ਰੋਟੀ ਖਾ ਰਹੇ ਨੇ ਪ੍ਰੀਤੀ ਰੰਗ ਲਵਾਈ ਫਿਰਦੀ ਆ ਤੇ ਪਾਪਾ ਫੇਸ ਵਾਸ਼ ਕਰਕੇ ਹਟੇ ਨੇ ਕਿਉਂ ਪਾਪਾ ਗਰਮੀ ਲੱਗ ਰਹੀ ਆ ਚਲੋ ਚਾਹ ਵਗੈਰਾ ਪੀ ਮੈਂ ਤਾਂ ਪੀਂਦਾ ਨਹੀਂ ਪਾਪਾ ਦੇ ਮੰਮੀ ਚਾਹ ਪੀ ਰਹੇ ਨੇ ਤੇ ਉਸ ਤੋਂ ਬਾਅਦ ਚੱਲਦੇ ਆ ਪਟਿਆਲੇ ਫਿਰ ਇਹ ਵਲੌਗ ਐਡਿਟ ਕਰਕੇ ਪਾ ਦਾਂਗੇ ਹੈਪੀ ਹੋਲੀ ਮੈਂ ਸੁਣਿਆ ਸੀ ਰੈਡ ਬੁਲ ਪੀ ਕੇ એનર્ਜੀ ਆਉਂਦੀ ਹੈ ਮੇਰੇ ਤੇ ਥੋੜੀ ਸੁਸਤੀ ਵਾਲੀ એનર્ਜੀ ਜ਼ਿਆਦਾ ਹਾਵੀ ਹੋ ਰਹੀ ਹੈ ਮੇਰੇ ਤੇ ਸਾਜਰੇ ਉੱਠਿਆ ਹੈ ਨਾ 7 ਵਜੇ ਹਾਜ਼ਰ ਨਹੀਂ ਹੁੰਦਾ ਵੈਸੇ ਪਰ ਮੇਰੇ ਵਾਸਤੇ ਹਾਜ਼ਰ ਆ ਉਹ 7 ਵਜੇ ਉੱਠਿਆ ਹੈ ਤਾਂ ਨੀਂਦ ਆ ਰਹੀ ਹਲਕੀ ਹਲਕੀ ਤਾਂ ਸੌਣ ਤੋਂ ਪਹਿਲਾਂ ਆਪਾਂ ਪਟਿਆਲੇ ਚੱਲ ਜੀਏ ਉਸ ਤੋਂ ਬਾਅਦ ਸੌ ਜਾਾਂਗੇ ਜਾ ਕੇ ਪ੍ਰੀਤ ਤਾਂ ਸੌ ਗਈ ਆ ਸੌ ਗਈ ਆ ਪ੍ਰੀਤ ਉਹ ਤਾਂ ਰੂਮ ਨੂੰ ਬੰਦ ਕੇ ਵੀ ਆ ਗਈ ਸਵੇਰ ਹੋ ਗਈ ਓ ਗੁੱਡ ਮਾਰਨਿੰਗ मिलते हैं किसी और दिन ओके चलो रिंग दा रिंग साफ करके दो चाबी कितने चलो पापा चलो चलो लेट्स गो पापा पापा कहें चलो चलो कहें धुप तो एलर्जी है थोड़ा फोन अंदर ही है गेट खोल दी चलो हम इस ब्लॉग ने इतने एंड कर देना यार और हिम्मत है नहीं घर जाके ब्लॉग बनाने की ठीक है तो मत्था टेकन गए मत्था वधिया टिक गया हैप्पी होली थोनू सारा तो मिलने आप कल ब्लॉग च इस ब्लॉग में लाइक कमेंट शेयर कर दौ ते अपने चैनल सब्सक्राइब भी कर दियो ते मिलते हैं आप प्रीत अगले व्लॉग च लव यू।